ਪੰਜਾਬੀ ਐਚ ਡੀ ਕੁਆਲਿਟੀਜ਼ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਦੇ ਬੈੱਲ ਆਈਕਨ ਨੂੰ ਜ਼ਰੂਰ ਕਲਿੱਕ ਕਰੋ ਤਾਂ ਕਿ ਤੁਰੰਤ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਛੋਟਾ ਵੀਰ ਰਜਿੰਦਰ ਬਰਾੜ ਅਤੇ ਦੋਸਤੋ ਮੈਂ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ। ਦੋਸਤੋ, ਅੱਜ ਆਪਾਂ ਇਸ ਵੀਡੀਓ ਰਾਹੀਂ ਅਜਿਹੇ ਪੰਜਾਬੀ ਸਿੰਗਰਸ ਦੀ ਗੱਲ ਕਰਾਂ ਜਿਨ੍ਹਾਂ ਦੀ ਡੈੱਥ ਉਸ ਸਮੇਂ ਹੋਈ ਜਦੋਂ ਉਹ ਆਪਣੇ ਸਿੰਗਿੰਗ ਦੀਆਂ ਉਚਾਈਆਂ 'ਤੇ ਸੀ। ਲੋਕ ਉਹਨਾਂ ਨੂੰ ਪਸੰਦ ਕਰਦੇ ਸੀ ਦਿਲੋਂ, ਉਹ ਉਦੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਸੋ ਤੁਹਾਨੂੰ ਰਿਕੁਐਸਟ ਆ ਦੋਸਤੋ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲਾਸਟ ਤੱਕ ਵਾਚ ਕਰੋ। ਆਪਾਂ ਦੋਸਤੋ ਅੱਜ ਇਸ ਵੀਡੀਓ ਰਾਹੀਂ ਪੰਜਾਬੀ ਦੇ ਟੌਪ ਸਿੰਗਰਸ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚ ਲੋਕਾਂ ਤੋਂ ਆਪਣੀ ਸਿੰਗਿੰਗ ਦੀ ਕਲਾ ਦੁਆਰਾ ਲੋਹਾ ਮਨਵਾਇਆ। ਸੋ ਦੋਸਤੋ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹ ਬਿਲਕੁਲ ਫ੍ਰੀ ਆ। ਅਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਸਾਡੀ ਜੋ ਵੀ ਅਸੀਂ ਅਪਡੇਟਸ ਕਰਾਂਗੇ ਉਹ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣਗੀਆਂ। ਸੋ ਦੋਸਤੋ, ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਕੁਲਵਿੰਦਰ ਢਿੱਲੋਂ ਦੀ। ਦੋਸਤੋ, ਕੁਲਵਿੰਦਰ ਢਿੱਲੋਂ ਨੂੰ ਕੌਣ ਨਹੀਂ ਜਾਣਦਾ? ਦੋਸਤੋ, ਉਹ ਬਹੁਤ ਜਲਦੀ ਹੀ ਸਾਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਡੈੱਥ 19 ਮਾਰਚ 2006 ਨੂੰ ਹੋਈ ਸੀ। ਦੋਸਤੋ, ਉਹਨਾਂ ਦੀ ਡੈੱਥ ਇੱਕ ਕਾਰ ਐਕਸੀਡੈਂਟ ਦੇ ਵਿੱਚ ਹੋਈ ਸੀ। ਉਹਨਾਂ ਜਦੋਂ ਉਹ ਅਤੇ ਉਹਨਾਂ ਦਾ ਦੋਸਤ ਬਲਜਿੰਦਰ ਬਿੱਲਾ ਕਾਰ ਨੂੰ ਡਰਾਈਵ ਕਰ ਰਹੇ ਸੀ, ਸਿਟੀ ਹੰਡਾ ਕਾਰ ਸੀ ਉਹਨਾਂ ਦੇ ਕੋਲ, ਉਹ ਜਾ ਕੇ ਦਰਖਤ ਦੇ ਨਾਲ ਟਕਰਾਈ ਅਤੇ ਉਹਨਾਂ ਦੀ ਡੈੱਥ ਹੋ ਗਈ ਸੀ ਫਗਵਾੜਾ ਤੋਂ ਬੰਗਾ ਰੋਡ ਦੇ ਉੱਪਰ ਐਕਸੀਡੈਂਟ ਹੋਣ ਦੇ ਨਾਲ। ਸੋ ਦੋਸਤੋ, ਆਪਾਂ ਜਾਣਦੇ ਹਾਂ ਕਿ ਕੁਲਵਿੰਦਰ ਢਿੱਲੋਂ ਬਹੁਤ ਜ਼ਿਆਦਾ ਬੁਲੰਦ ਆਵਾਜ਼ ਦੇ ਮਾਲਕ ਸੀ। ਉਹਨਾਂ ਨੇ ਜਿਹੜੀ ਆਪਣੀ ਸ਼ੁਰੂਆਤ ਕੀਤੀ ਸੀ ਸਿੰਗਿੰਗ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਸੌਂਗ ਰਾਹੀਂ ਕੀਤੀ ਸੀ। ਦੋਸਤੋ, ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਤੇਰਾ ਵੈਲੀ ਯਾਰ ਤਾਂ ਦਿਨੇ ਦਿਖਾ ਦੂ ਤਾਰੇ। ਉਹਨਾਂ ਦੇ ਸੌਂਗਸ ਅੱਜ ਵੀ ਉਸੇ ਤਰ੍ਹਾਂ ਸੁਣੇ ਜਾਂਦੇ ਆ। ਦੋਸਤੋ, ਲੋਕ ਉਹਨਾਂ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਆ, ਬਟ ਇਹ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਸਮਝਦੇ ਹਾਂ ਕਿ ਕੁਲਵਿੰਦਰ ਢਿੱਲੋਂ ਇੱਕ ਬੁਲੰਦ ਆਵਾਜ਼ ਦੇ ਮਾਲਕ ਸਿੰਗਰ ਬਹੁਤ ਜਲਦੀ ਸਾਨੂੰ ਅਲਵਿਦਾ ਕਹਿ ਗਏ। ਸੋ ਉਹਨਾਂ ਦੀ ਕਮੀ ਹਮੇਸ਼ਾ ਪੰਜਾਬੀ ਮਿਊਜ਼ਿਕ ਨੂੰ, ਮਿਊਜ਼ਿਕ ਇੰਡਸਟਰੀ ਨੂੰ ਅਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਹਮੇਸ਼ਾ ਰਹੂਗੀ। ਦੋਸਤੋ, ਇਸ ਤੋਂ ਇਲਾਵਾ ਆਪਾਂ ਬਹੁਤ ਵਧੀਆ ਸਿੰਗਰ ਦੀ ਗੱਲ ਕਰੀਏ ਤਾਂ ਸੋਨੀ ਪਾਵਲਾ। ਸੋਨੀ ਪਾਵਲਾ ਨੂੰ ਦੋਸਤੋ ਸਭ ਜਾਣਦੇ ਆ ਕਿ ਉਹ ਕਿੰਨੀ ਵਧੀਆ ਆਵਾਜ਼ ਦੇ ਮਾਲਕ ਸੀ। ਦੋਸਤੋ, ਉਹ ਵੀ ਆਪਾਂ ਨੂੰ ਬਹੁਤ ਜਲਦੀ ਅਲਵਿਦਾ ਕਹਿ ਗਏ। ਉਹ 14 ਅਕਤੂਬਰ 2006 ਨੂੰ ਕੈਨੇਡਾ ਦੇ ਵਿੱਚ ਇੱਕ ਸ਼ੋਅ ਕਰਦੇ ਕਰਦੇ ਡਿੱਗ ਪਏ ਅਤੇ ਉਹਨਾਂ ਨੂੰ ਜਦੋਂ ਪਾਣੀ ਪੈ ਗਿਆ ਅਤੇ ਬਾਅਦ ਵਿੱਚ ਕੁਝ ਸਮੇਂ ਬਾਅਦ ਉਹਨਾਂ ਨੂੰ ਦੇਖਿਆ ਗਿਆ ਤਾਂ ਉਹ ਹੋਸ਼ ਵਿੱਚ ਨਹੀਂ ਆਏ। ਤਾਂ ਉਹਨਾਂ ਨੂੰ ਡਾਕਟਰਸ ਨੇ ਚੈੱਕ ਕੀਤਾ ਤਾਂ ਉਹਨਾਂ ਨੂੰ ਦੇਖਿਆ ਕਿ ਉਹ ਡੈੱਡ ਹੋ ਚੁੱਕੇ ਸੀ। ਸੋ ਆਪਾਂ ਕਹਿ ਸਕਦੇ ਹਾਂ ਕਿ ਸੋਨੀ ਪਾਵਲਾ ਦਾ ਘਾਟਾ ਵੀ ਬਹੁਤ ਵੱਡਾ ਘਾਟਾ ਸੀ। ਉਹਨਾਂ ਦੇ ਸੌਂਗਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਸੁਪਰ ਡੁਪਰ ਹਿੱਟ ਸੌਂਗ ਜੋ ਅੱਜ ਵੀ ਲੋਕ ਉਸੇ ਤਰ੍ਹਾਂ ਸੁਣਦੇ ਆ, ਸੋਹਣੇ ਉਹ ਨਾਰਾਜ਼ਗੀ ਤਾਂ ਨਹੀਂ ਗੱਲ ਦਿਲ ਦੀ ਜਿੱਕ ਕਹਿ ਦੇ ਹਾਂ, ਅੱਜ ਵੀ ਉਸੇ ਤਰ੍ਹਾਂ ਸੁਣਿਆ ਜਾਂਦਾ। ਇਸ ਤੋਂ ਬਾਅਦ ਦੋਸਤੋ ਗੱਲ ਕਰੀਏ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬੁਲੰਦ ਆਵਾਜ਼ ਦੇ ਮਾਲਕ ਸੁਰਜੀਤ ਬਿੰਦਰ ਰਖੀਆ ਨੂੰ ਭਲਾ ਕੌਣ ਭੁੱਲ ਸਕਦਾ? ਮੇਰੇ ਹਿਸਾਬ ਨਾਲ ਰਹਿੰਦੀ ਦੁਨੀਆ ਤੱਕ ਬਿੰਦਰ ਰਖੀਆ ਸਾਹਿਬ ਦਾ ਨਾਮ ਇਸੇ ਤਰ੍ਹਾਂ ਚਮਕਦਾ ਰਹੂਗਾ। ਉਹਨਾਂ ਦੀ ਜਿਹੜੀ ਮੌਤ 17 ਨਵੰਬਰ 2003 ਨੂੰ ਹੋਈ ਮੋਹਾਲੀ ਦੇ ਵਿੱਚ, ਉਹਨਾਂ ਨੂੰ ਅਚਾਨਕ ਹਾਰਟ ਅਟੈਕ ਆਇਆ ਜਿਸ ਮੌਤ ਹੋ ਗਈ। ਦੋਸਤੋ, ਆਪਾਂ ਜਾਣਦੇ ਹਾਂ ਕਿ ਉਹਨਾਂ ਨੇ ਬਹੁਤ ਸਾਰੇ ਸੌਂਗ ਗਾਏ ਜਿਵੇਂ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ। ਇਸ ਤੋਂ ਇਲਾਵਾ ਉਹਨਾਂ ਨੇ ਧੀਆਂ ਦੇ ਪਿਆਰ ਵਾਲਾ ਗੀਤ ਵੀ ਬਹੁਤ ਪਿਆਰਾ ਗਾਇਆ। ਉਹਨਾਂ ਦੇ ਅੱਜ ਵੀ ਸੁਣਦਾ ਉਸੇ ਤਰ੍ਹਾਂ। ਉਹਨਾਂ ਦਾ ਸੌਂਗ ਸੀ ਮਾਂ ਮੈਂ ਮੁੜਨੀ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ। ਸੋ ਦੋਸਤੋ, ਕਹਿ ਸਕਦੇ ਇਹ ਪੰਜਾਬੀ ਸਿੰਗਰਸ ਨੂੰ ਹਮੇਸ਼ਾ ਲੋਕ ਆਪਣੇ ਦਿਲਾਂ ਦੇ ਵਿੱਚ ਰੱਖਣਗੇ। ਸੋ ਦੋਸਤੋ, ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਇਸ ਤੋਂ ਇਲਾਵਾ ਦੋਸਤੋ, ਇਹ ਦੱਸਣਾ ਨਾ ਭੁੱਲੋ ਕਿ ਤੁਹਾਡੀ ਵੀ ਸੋਚ ਦੇ ਵਿੱਚ ਕੋਈ ਇੱਦਾਂ ਦਾ ਸਿੰਗਰ ਆ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ, ਜੋ ਤੁਹਾਨੂੰ ਬਹੁਤ ਵਧੀਆ ਲੱਗਦਾ ਅਤੇ ਆਪਾਂ ਨੂੰ ਉਸ ਦੀ ਵੀਡੀਓ ਤਿਆਰ ਕਰਨੀ ਚਾਹੀਦੀ, ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਆਪਾਂ ਨੂੰ ਦੱਸੋ, ਆਪਾਂ ਉਸ ਦੀ ਵੀਡੀਓ ਤਿਆਰ ਕਰਾਂਗੇ। ਦੋਸਤੋ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਸਿੰਗਰ ਬਾਰੇ ਗੱਲਬਾਤ ਕਰਨ ਦੇ ਲਈ। ਅਤੇ ਇਸ ਤੋਂ ਇਲਾਵਾ ਵੀਡੀਓ ਨੂੰ ਜੇ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਕਮੈਂਟ ਵੀ ਕਰੋ। ਇਸ ਤੋਂ ਇਲਾਵਾ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਹੋਰ ਵੀਡੀਓ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ।